हाँ जी, ਸਤਿ ਸ਼੍ਰੀ ਅਕਾਲ ਜੀ ਤੇ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ। ਆਈ ਹੋਪ ਕਿ ਤੁਸੀਂ ਸਭ ਵਧੀਆ ਤੇ ਘੈਟ ਹੋਗੇ। ਤੇ ਅੱਜ ਦਾ ਵਲੌਗ ਹੈ ਸ਼ਾਪਿੰਗ ਦਾ। ਸ਼ਾਪਿੰਗ ਦਾ ਕਾਦੀ ਸ਼ਾਪਿੰਗ ਦਾ ਦੱਸੋ? ਰੱਖੜੀਆਂ ਦਾ। ਰੱਖੜੀਆਂ ਦੀ ਸ਼ਾਪਿੰਗ ਦਾ। ਮੇਰੇ ਦੋ ਬ੍ਰਦਰ ਆ ਜਿਹੜੇ ਉਹ ਬਾਹਰ ਰਹਿੰਦੇ ਨੇ ਫੋਰਨ ਵਿੱਚ, ਤੇ ਮੈਂ ਉਹਨਾਂ ਨੂੰ ਰੱਖੜੀਆਂ ਕੈਨੇਡਾ। ਭੇਜਣੀਆਂ ਸੀ। ਸਰੀ ਵਿੱਚ ਰਹਿੰਦੇ ਨੇ ਉਹ, ਤੇ ਮੈਂ ਉਹਨਾਂ ਨੂੰ ਰੱਖੜੀਆਂ ਭੇਜਣੀਆਂ ਸੀ ਤੇ ਉਹਨਾਂ ਲਈ ਮੈਂ ਰੱਖੜੀਆਂ ਲੈਣ ਜਾ ਰਹੀ ਹਾਂ। ਤੇ ਜਿਹੜੇ ਇੰਡੀਆ ਰਹਿੰਦੇ ਨੇ ਉਹਨਾਂ ਲਈ ਬਾਅਦ 'ਚ ਜਾਵਾਂਗੇ। ਅੱਜ ਹੀ ਖਰੀਦ ਲੈ, ਬਾਅਦ ਚੋਂ ਕੀ ਕਰਨਾ ਹੁਣ। ਸਾਰਿਆਂ ਲਈ ਅੱਜ ਹੀ ਖਰੀਦਣਾ? ਚਲੋ ਇਹਦੇ ਹੱਥ। ਨਾਲੇ ਨਾਲ ਦੀ ਨਾਲ ਦੱਸਣਾ ਵੀ ਇੰਨਾ ਵੀ ਖਰਚਾ ਹੋਇਆ, ਤੁਸੀਂ ਇੰਨੇ ਇੰਨੇ ਪੈਸੇ ਦੇਣੇ ਆ ਮੈਨੂੰ। ਠੀਕ ਹੈ। ਤੇ ਹੁਣ ਆਪਾਂ ਰੱਖੜੀਆਂ ਖਰੀਦਣ ਚੱਲਦੇ ਹਾਂ ਤੇ ਵਲੌਗ ਨਾਲ ਤੁਸੀਂ ਜੁੜੇ ਰਹੋ। ਬਹੁਤ ਵਧੀਆ ਵਲੌਗ ਹੋਊਗਾ। ਚਲੀਏ, ਚਲੋ ਚਲ ਆ ਜਾਓ ਫਿਰ। ਅੱਜ ਕਿੱਥੇ ਜਾਂਦੇ ਹੋ ਤੁਸੀਂ ਦੱਸੋ? ਅੱਜ ਅੱਜ ਦੱਸਿਆ ਨਹੀਂ ਤੂੰ, ਸਾਰਾ ਕੁਝ ਤਾਂ ਦੱਸਤਾ। ਮੁੱਛਾਂ ਲੋਟ ਨਹੀਂ ਆਉਂਦੀਆਂ? ਨਿੱਕੀਆਂ ਤਾਂ ਕਰਕੇ ਲੋਟ ਨਹੀਂ ਆਉਂਦੀ। ਚਲੋ ਚੱਲੀਏ, ਚਲੋ ਚਲੋ ਅੱਜ। ਚਲੋ ਜੀ ਫਿਰ ਜਾਂਦੇ ਹਾਂ ਆਪਾਂ। ਸੋਹਣੇ ਲੱਗਦੇ ਆ। ਸੋਹਣੀ ਆ ਆ ਚੀਜ਼, ਸੋਹਣੀ ਆ ਨਾ, ਪਸੰਦ ਵੀ ਆ ਜੀ। ਲੀਏ ਪਸੰਦ ਕਰੀ ਜਾਂਦੇ ਆ। ਉੱਚੀ ਬੋਲ ਥੋੜਾ ਜਿਹਾ। ਮੈਂ ਕਹਿ ਕਰੀ ਜਾਂਦੇ ਆ, ਇੱਕ ਉਹਦੇ ਛੋਟੇ ਬੇਬੀ ਲਈ ਪਾ ਦਿੰਦੇ ਆ। ਹਾਂ ਆ ਛੋਟੇ ਵਾਸਤੇ ਆ, ਛੋਟੇ ਬੱਚਿਆਂ ਲਈ ਆ, ਇਹਨੂੰ ਬੇਬੀ ਲਈ ਪਾ ਦਿੰਦੇ ਆ। ਕੀ ਪਾਈਏ ਉਹਦੇ ਲਈ? ਵੀ ਹੱਥ ਨਿੱਕੇ ਜਿਹੇ ਆਉਣਗੇ। ਹਾਂਜੀ ਇਹ ਦੇ ਦਿਓ। ਐਨਕ ਲੈ ਜਾਣੀ ਆ, ਐਨਕ ਹੈ
आ ले लेने वो काट देने पे ना नहीं चलिए होगी शॉपिंग घरे जाके दिखाने हाँ चलो पर रखड़िया दे प्राइस बहुत ज्यादा है महंगी बहुत जी हम आप रखड़िया लेके वापस आ रहे थी जा रहे हैं घर जा रहे हैं तो हम मैं मुट्टू नु कहा कि केले ले लो शेक बना लागे यार सच दसा रखड़िया बहुत ज्यादा महंगिया है साडा मतलब कि 1500 दा रखड़िया ते लग गया होगा बहुत महंगिया रखड़िया है टू मच महंगाई है ना टू मच है वाकई ले धागे नहीं जेडे सिंगल धागे भी 50,000 रुपए के बोलते हैं आ पीरखाना बनिया होया इतने मार्केट च हुण आपां बनाना कित्थों लैणे आ किन्ने दिन हो गए असी शेक नहीं पीता ते अज भी सानू वो शॉप बंद ही दिसी जिथों असी फ्रूट लैणे हुणे आ हुण फिर वापस जा रहे आ फिर उत्थों लैणे आ फ्रूट चलो जी असि ना बहुत टाइम दे अमरूद लभ रहे हैं बट सानू मिलते नहीं हुण अंकल कह रहे कि उधर पए आ देखते हैं कितने आ मैनू लग्या सी कि जिदा मगर पए हुंदे आ अमरूद मिल ही गए वधिया होणगे वैसे थोड़े जे लैणे आ पहलां फिर पता लग जूगा थोड़े पक्के लगदे आ मैनू इह वाले हैं हांजी ते हुण आपां रखड़ियां हांजी रखड़ियां वगैरा लै लियां ते हुण आपां फ्रूट भी लै ले जिहदी मैनूं बहुत वेट सी अमरूदां दी उह भी लै ले ते हुण आपां जा रहे हां घर आ बाजार देख सकदे हो तुसीं सारी इद्दां मार्केट बनी हुई है इत्थे चलो फिर घरे जाके मैं तुहानू ना रखड़िया दिखाउनी आ ਕਿਹੜੀਆਂ ਆਹ ਵੱਡੇ ਲਿਫਾਫੇ ਚ ਵੱਡੇ ਲਿਫਾਫੇ ਚ ਇੰਡੀਆ ਆ ਜਾਂਦੀਆਂ ਆ ਸਾਡਾ ਛੋਟੂ ਜਾ ਆਉਂਦੀ ਆ ਆ ਫੁਕਰੇ ਬੰਦੇ ਦੀ ਰੱਖੜੀ ਆ ਪ੍ਰਾਪਤੀ ਤਿਆਰ ਆ ਇੱਕ ਬ੍ਰੋ ਦੀ ਆ ਆ ਦੂਸਰੇ ਬ੍ਰੋ ਦੀ ਆ ਆ ਭਾਬੀ ਦੀ ਆ ਦਾ ਕਰਨਾ ਹੈ ਭਾਬੀ हाँ इन्नी अगर रखने आई है 1500
ਆਪਾਂ ਰੱਖੜੀਆਂ ਲੈ ਆਂਦੀਆਂ ਸੀ ਤੇ ਹੁਣ ਤੁਹਾਨੂੰ ਦੱਸਿਆ ਸੀ ਕਿ ਆਪਾਂ ਬਾਹਰ ਫੋਰਨ ਭੇਜਣੀਆਂ ਤੇ ਹੁਣ ਆਪਾਂ ਪੈਕਿੰਗ ਕਰ ਰਹੇ ਹਾਂ ਇਹਨਾਂ ਦੀ।